ਮਸ਼ਹੂਰ ਟੀਵੀ ਅਤੇ ਪੰਜਾਬੀ ਐਕਟਰੈਸ ਜੈਸਮੀਨ ਬਸੀਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਇੱਕ ਇਵੈਂਟ ਦੇ ਵਿੱਚ ਅੱਖਾਂ 'ਚ ਲੈਂਸ ਪਾਉਣ ਤੋਂ ਬਾਅਦ ਉਹਨਾਂ ਨੂੰ ਪਰੇਸ਼ਾਨੀ ਹੋਣ ਲੱਗੀ। ਦਰਦ ਇੰਨਾ ਜ਼ਿਆਦਾ ਵੱਧ ਗਿਆ ਕਿ ਉਹ ਸਹਿਣ ਨਹੀਂ ਕਰ ਪਾ ਰਹੀ ਸੀ। ਇਸ ਤੋਂ ਬਾਅਦ ਉਹ ਡਾਕਟਰ ਕੋਲ ਗਈ, ਜਿੱਥੇ ਪਤਾ ਲੱਗਾ ਕਿ ਉਹਨਾਂ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ ਅਤੇ ਉਹਨਾਂ ਨੂੰ ਠੀਕ ਹੋਣ ਦੇ ਵਿੱਚ 4 ਤੋਂ 5 ਦਿਨ ਲੱਗਣਗੇ। ਡਾਕਟਰ ਨੇ ਉਹਨਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ, ਜਿਸ ਕਾਰਨ ਉਹ ਦੇਖਣ ਤੋਂ ਅਸਮਰੱਥ ਸੀ। ਜੈਸਮੀਨ ਬਸੀਨ ਨੇ ਦੱਸਿਆ, 17 ਜੁਲਾਈ ਨੂੰ ਮੈਂ ਇੱਕ ਇਵੈਂਟ ਲਈ ਦਿੱਲੀ ਵਿੱਚ ਸੀ। ਇਸ ਸਮੇਂ ਦੌਰਾਨ ਜਦੋਂ ਮੈਂ ਤਿਆਰ ਹੋ ਰਹੀ ਸੀ ਤਾਂ ਮੈਨੂੰ ਲੈਂਸ ਫਿੱਟ ਕੀਤੇ ਗਏ ਸਨ। ਲੈਂਸ ਲਗਾਉਂਦਿਆਂ ਹੀ ਮੇਰੀਆਂ ਅੱਖਾਂ ਖਰਾਬ ਹੋ ਗਈਆਂ। ਅਦਾਕਾਰਾ ਨੇ ਅੱਗੇ ਦੱਸਿਆ, ਲੈਂਸ ਪਾਉਣ ਤੋਂ ਬਾਅਦ ਮੇਰੀਆਂ ਅੱਖਾਂ ਜਲਣ ਲੱਗੀਆਂ। ਮੈਂ ਤੁਰੰਤ ਡਾਕਟਰ ਕੋਲ ਜਾਣਾ ਚਾਹੁੰਦੀ ਸੀ ਪਰ ਕੰਮ ਕਾਰਨ ਮੈਂ ਉਸ ਸਮੇਂ ਨਹੀਂ ਜਾ ਸਕੀ। ਮੈਂ ਪੂਰੇ ਇਵੈਂਟ ਦੌਰਾਨ ਸਨਗਲਾਸਿਸ ਪਹਿਨੇ ਹੋਏ ਸਨ। ਮੇਰੀ ਟੀਮ ਇਵੈਂਟ ਦੌਰਾਨ ਮੇਰੀ ਮਦਦ ਕਰ ਰਹੀ ਸੀ ਕਿਉਂਕਿ ਕੁਝ ਦੇਰ ਬਾਅਦ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਇਵੈਂਟ ਖਤਮ ਹੋਣ ਤੋਂ ਬਾਅਦ ਐਕਟ੍ਰੈਸ ਨਾਲ ਦੀ ਨਾਲ ਡਾਕਟਰ ਨਾਲ ਸੰਪਰਕ ਕਰਦੀ ਨਜ਼ਰ ਆਈ, ਜਿਨ੍ਹਾਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਠੀਕ ਹੋਣ ਦੇ ਵਿੱਚ 4 ਤੋਂ 5 ਦਿਨ ਲੱਗਣਗੇ। ਤੁਹਾਨੂੰ ਦੱਸ ਦੇ ਚੱਲੀਏ ਕਿ ਐਕਟ੍ਰੈਸ ਹੁਣ ਮੁੰਬਈ ਪਹੁੰਚ ਚੁੱਕੀ ਹੈ। ਐਕਟ੍ਰੈਸ ਪਹਿਲਾਂ ਨਾਲੋਂ ਬਿਹਤਰ ਹੈ। ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਸਟੋਰੀ ਸਾਂਝਾ ਕਰਦੇ ਹੋਏ ਆਪਣੇ ਫੈਨਸ ਨਾਲ ਆਪਣੀ ਅਪਡੇਟ ਸ਼ੇਅਰ ਕੀਤੀ।